ਟਿਵਾਣਾ ਰੇਡੀ ਦੇ ਸਤਿਕਾਰਯੋਗ ਸਰੋਤਿਓ, ਜਿਸ ਤਰ੍ਹਾਂ ਮੈਂ ਤਸਵੀਰ ਵੀ ਪਾਈ ਹੈ ਜਰਨਲ ਹਰਬਖਸ਼ ਸਿੰਘ ਹੋਰਾਂ ਦੇ ਦਿਹਾੜੇ ਦੀ, ਅਤੇ ਉਸ ਬਾਰੇ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਸਾਹਿਬ ਨੇ ਆਰਟੀਕਲ ਲਿਖਿਆ। ਬ੍ਰਿਗੇਡੀਅਰ ਕਾਹਲੋਂ ਸਾਹਿਬ ਅਕਸਰ ਇਸ ਤਰ੍ਹਾਂ ਦੇ ਜਿਹੜੇ ਫੌਜ ਨਾਲ ਸੰਬੰਧਿਤ ਮਸਲੇ ਨੇ ਅਕਸਰ ਚੁੱਕਦੇ ਨੇ, ਭਾਵੇਂ ਉਹ ਵਨ ਰੈਂਕ ਵਨ ਪੈਨਸ਼ਨ ਦਾ ਮਾਮਲਾ ਹੋਵੇ ਜਾਂ ਇਹ ਜਿਹੜੀ ਭਾਰਤੀ ਫੌਜ ਦੇ ਵਿੱਚ ਭਰਤੀ ਦੀਆਂ ਸਕੀਮਾਂ ਨਵੀਆਂ ਨਵੀਆਂ ਬਦਲਦੀਆਂ ਨੇ ਉਹਨਾਂ ਦੇ ਬਾਰੇ ਕੋਈ ਹੋਵੇ, ਅਤੇ ਇਸ ਦੌਰਾਨ ਇਹ ਮਸਲਾ ਕਿਤੇ ਨਾ ਕਿਤੇ ਉਸ ਵਕਤ ਜ਼ਰੂਰੀ ਬਣ ਜਾਂਦਾ, ਅਤੇ ਜਦੋਂ ਫਿਰ ਸਮੇਂ ਦੀ ਲੋੜ ਹੁੰਦੀ ਹੈ। ਜਰਨਲ ਹਰਬਖਸ਼ ਸਿੰਘ 1 ਅਕਤੂਬਰ 1913 ਨੂੰ ਪੈਦਾ ਹੋਏ ਅਤੇ 14 ਨਵੰਬਰ 1999 ਨੂੰ ਇਸ ਦੁਨੀਆ ਤੋਂ ਰੁਖਸਤ ਹੋਏ ਲੈਫਟੀਨੈਂਟ ਜਰਨਲ ਹਰਬਖਸ਼ ਸਿੰਘ। ਅਤੇ ਜਿਸ ਦੌਰਾਨ ਵੈਸਟਰਨ ਕਮਾਂਡ ਦੇ ਉਹ ਕਮਾਂਡਰ ਰਹੇ, ਇੰਡੀਅਨ ਆਰਮੀ 'ਚ ਉਹਨਾਂ ਨੇ ਵੱਡਾ ਰੋਲ ਨਿਭਾਇਆ, ਖਾਸ ਕਰਕੇ ਭਾਰਤ ਪਾਕਿਸਤਾਨ ਜੰਗ ਦੇ ਦੌਰਾਨ 1965 ਦੇ ਵਿੱਚ, ਅਤੇ ਇਸੇ ਲਈ ਉਹਨਾਂ ਨੂੰ ਪਦਮ ਵਿਭੂਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ 1966 ਦੇ ਵਿੱਚ। ਅਤੇ ਜਿਸ ਦੌਰਾਨ ਬਡਰੁੱਖਾਂ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ, ਹਾਲਾਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਅੱਗੋਂ ਚੱਲ ਕੇ ਕੋਈ ਬਹੁਤੇ ਚਰਚਿਤ ਚਿਹਰੇ ਜਾਂ ਕੋਈ ਬਹੁਤਾ ਇਤਿਹਾਸ ਨਹੀਂ ਬਣਦਾ, ਪਰ ਕਿਉਂਕਿ ਆਰਮੀ ਵਾਲਿਆਂ ਦਾ ਜਿਸ ਤਰ੍ਹਾਂ ਸੁਭਾਅ ਹੁੰਦਾ ਕਿ ਮੇਰੀ ਛਿਪੇ ਰਹਿਣ ਦੀ ਚਾਹ, ਛਿਪੇ ਤੁਰ ਜਾਣ ਦੀ, ਉਸ ਤਰ੍ਹਾਂ ਦੇ ਸਿਲਸਿਲਿਆਂ ਹੁੰਦੇ ਨੇ। ਅਤੇ ਜਿਸ ਦੌਰਾਨ ਜਰਨਲ ਹਰਬਖਸ਼ ਸਿੰਘ ਹੋਰਾਂ ਨੇ ਜੋ ਜੁਰਤ ਦਿਖਾਈ ਹੈ ਉਹ ਪੰਜਾਬ ਦੀ ਇੱਕ ਜੁਰਤ ਦੀ ਮਿਸਾਲ ਹੈ। ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਲਿਖਦੇ ਨੇ ਕਿ ਦੇਸ਼ ਦੀ ਸੱਜੀ ਬਾਂਹ ਵਜੋਂ ਜਾਣਿਆ ਜਾਂਦਾ ਪੰਜਾਬ ਪੀਰਾਂ ਰਿਸ਼ੀਆਂ ਮੁਨੀਆਂ ਦੇਸ਼ ਭਗਤਾਂ ਗੁਰੂਆਂ ਪੈਗੰਬਰਾਂ ਦੀ ਯੋਧਿਆਂ ਦੀ ਧਰਤੀ ਹੈ, ਜਿੱਥੇ ਅਨੇਕਾਂ ਜਾਂਬਾਜ਼ ਸੰਤ ਸਿਪਾਹੀ ਪੈਦਾ ਹੋਏ, ਕਿਸਾਨ ਪੈਦਾ ਹੋਏ, ਅੰਨਦਾਤੇ ਪੈਦਾ ਹੋਏ। ਉਹਨਾਂ ਦੇ ਵਿੱਚੋਂ ਜਰਨਲ ਹਰਬਖਸ਼ ਸਿੰਘ ਕੇਵਲ ਸਿੱਖ ਜਗਤ ਦਾ ਨਾਂ ਹੀ ਰੋਸ਼ਨ ਨਹੀਂ ਕੀਤਾ, ਬਲਕਿ ਦੇਸ਼ ਦੀ ਮਾਨਵੀ ਸ਼ਾਨ ਸ਼ੌਕਤ ਦੀ ਇੱਕ ਸ਼ਾਦੀ ਭਰੀ, ਉਹ ਮਿਲਟਰੀ ਦੇ ਇਤਿਹਾਸ 'ਚ ਕਿਤੇ ਨਹੀਂ ਮਿਲਦੀ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਮਹਾਂਵਾਕ ਦੇ ਅਨੁਸਾਰ ਦੇਸ਼ ਫੌਜ ਅਤੇ ਕੌਮ ਦੀ ਅਦੁੱਤੀ ਸ਼ਖਸੀਅਤ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੇ 111ਵੇਂ ਜਨਮ ਦਿਹਾੜੇ ਦੇ ਮੌਕੇ 1965 ਦੀ ਭਾਰਤ ਪਾਕਿਸਤਾਨ ਜੰਗ ਸਮੇਂ ਉਹਨਾਂ ਦੇ ਪੰਜਾਬ ਅਤੇ ਕਸ਼ਮੀਰ ਨੂੰ ਬਚਾਉਣ ਦੇ ਪਾਏ ਯੋਗਦਾਨ ਅਤੇ ਨਿਵੇਕਲੇ ਯੋਗਦਾਨ ਬਾਰੇ ਚਰਚਾ ਕਰਨਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ। ਜੰਗੀ ਸਫ਼ਰ ਦੇ ਵਿੱਚ ਕਮਿਸ਼ਨ ਪ੍ਰਾਪਤ ਕਰਨ ਪਿੱਛੋਂ ਲੈਫਟੈਨ ਹਰਬਖਸ਼ ਸਿੰਘ ਦਾ ਮਿਲਟਰੀ ਸਫ਼ਰ ਜੰਗ ਦੇ ਮੈਦਾਨ ਤੋਂ ਸ਼ੁਰੂ ਹੋਇਆ ਅਤੇ ਅੰਤ ਪੰਜਾਬ ਅਤੇ ਕਸ਼ਮੀਰ ਦੇ ਰਾਖੇ ਵਜੋਂ ਹੋਰ ਨਿਬੜਿਆ। ਬ੍ਰਿਟਿਸ਼ ਆਰਮੀ ਦੀ ਦੂਸਰੀ ਪਲਟਨ ਦੇ 35-40 ਗੋਰੇ ਸੈਨਿਕਾਂ ਦੀ ਟੁਕੜੀ ਦੀ ਕਮਾਂਡ ਕਰਦਿਆਂ ਉੱਤਰੀ ਪੱਛਮੀ ਫਰੰਟ ਦੀ ਹੁਨਜ਼ ਰਿਆਸਤ ਦੇ ਆਪਰੇਸ਼ਨ ਮੁਹੰਮਦ ਦੇ ਵਿੱਚ 1 ਮਹੀਨੇ ਦੀ ਲੜਾਈ ਤੋਂ ਬਾਅਦ ਉਹਨਾਂ ਸਫਲਤਾ ਪ੍ਰਾਪਤ ਕੀਤੀ ਅਤੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ 3 ਜਨਵਰੀ 1942 ਨੂੰ ਮਲਾਇਆ ਦੇ ਪ੍ਰਾਇਦੀਪ ਦੇ ਯੁੱਧ ਸਮੇਂ ਜਪਾਨੀ ਸਿਪਾਹੀਆਂ ਦਾ ਨਲੋਹਾ ਲੈਂਦਿਆਂ ਜਰਨਲ ਹਰਬਖਸ਼ ਸਿੰਘ ਗੰਭੀਰ ਜ਼ਖਮੀ ਵੀ ਹੋਏ, ਪਰ ਕੁਦਰਤ ਨੇ ਇਹਨਾਂ ਪਾਸੋਂ ਮਹੱਤਵਪੂਰਨ ਜੰਗਾਂ ਦਾ ਦੌਰਾਨ ਕੰਮ ਲੈਣਾ ਸੀ। ਇਸ ਲਈ ਲੰਮੇ ਇਲਾਜ ਤੋਂ ਬਾਅਦ ਉਸ ਜੰਗ ਦੇ ਵਿੱਚ ਜੋ 42 'ਚ ਹੋਈ ਸੀ, ਜ਼ਖਮੀ ਹੋਣ ਤੋਂ ਬਾਅਦ ਉਹਨਾਂ ਨੂੰ ਬਚਾ ਲਿਆ ਗਿਆ। ਅਪ੍ਰੈਲ 1945 ਦੇ ਵਿੱਚ ਜਨਰਲ ਹਰਬਖਸ਼ ਸਿੰਘ ਹੋਰਾਂ ਦੀ ਪੋਸਟਿੰਗ 4 ਸਿੱਖ ਬਟਾਲੀਅਨ 'ਚ ਹੋਈ ਅਤੇ 1947 ਦੇ ਵਿੱਚ ਸਟਾਫ ਕਾਲਜ ਕੋਰਸ ਕੋਇਟਾ ਦੇ ਵਿੱਚ ਉਹਨਾਂ ਨੂੰ ਚੁਣਿਆ ਗਿਆ। ਅਤੇ ਉਹਨਾਂ ਦਾ ਪਹਿਲਾ ਇਤਿਹਾਸਿਕ ਜੰਗੀ ਰੋਲ 1947-48 ਦੇ ਦੌਰਾਨ ਜੰਮੂ ਕਸ਼ਮੀਰ ਦੇ ਵਿੱਚ ਪਾਕਿਸਤਾਨ ਨਾਲ ਹੋਈ ਜੰਗ ਦੇ ਵਿੱਚ ਸਾਹਮਣੇ ਆਇਆ।
ਪਹਿਲਾਂ ਇੱਕ ਸਿੱਖ ਪਲਟਨ ਦੇ ਕਮਾਂਡਿੰਗ ਅਫਸਰ ਦੇ ਤੌਰ 'ਤੇ ਅਤੇ ਫਿਰ 1961 ਦੇ ਵਿੱਚ ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਦੀ ਹੈਸੀਅਤ ਦੇ ਵਿੱਚ ਵੀਰਤਾ ਭਰਪੂਰ ਕਾਰਨਾਮੇ ਉਹਨਾਂ ਦਿਖਾਏ। ਸੀਨੀਅਰ ਹਵਾਈ ਅੱਡਾ 'ਤੇ ਸ਼ਹਿਰ ਬਚਾਇਆ ਅਤੇ ਜੋਖਮ ਭਰੇ ਫੈਸਲੇ ਦਾ ਉਹਨਾਂ ਦਾ ਇਹ ਨਤੀਜਾ ਸੀ। ਜਿਸ ਸੂਰਬੀਰਤਾ ਅਤੇ ਦਲੇਰੀ ਨਾਲ ਜਨਰਲ ਹਰਬਖਸ਼ ਸਿੰਘ ਨੇ ਫੌਜ ਦੀ ਅਗਵਾਈ ਕੀਤੀ ਅਤੇ ਧਾੜਵੀਆਂ ਦਾ ਬਾਰਾਮੂਲਾ, ਮੁਜ਼ੱਫਰਾਬਾਦ, ਜੰਮੂ ਕਸ਼ਮੀਰ ਦੇ ਇਲਾਕੇ ਵੱਲ ਉਹਨਾਂ ਨੂੰ ਧੱਕ ਦਿੱਤਾ, ਤਾਂ ਉਸ ਸਦਕਾ ਇਲਾਕੇ ਦੇ ਵਿੱਚੋਂ ਦੁਸ਼ਮਣ ਦੀਆਂ 472 ਲਾਸ਼ਾਂ ਉੱਥੋਂ ਬਰਾਮਦ ਹੋਈਆਂ। ਅਫਰਾ ਤਫਰੀ ਇੰਨੀ ਮੱਚੀ ਕਿ ਕਈਆਂ ਨੇ ਜ਼ੁਲਮ ਦਰਿਆ 'ਚ ਛਾਲਾਂ ਮਾਰੀਆਂ ਜਾਨ ਬਚਾਉਣ ਦੇ ਲਈ। ਹਰਬਖਸ਼ ਸਿੰਘ ਦਾ ਹਊਗਾ ਇੰਨਾ ਸੀ। ਹਰਬਖਸ਼ ਸਿੰਘ ਦਾ ਵਿਚਾਰ ਸੀ ਕਿ ਜੇਕਰ ਦੁਸ਼ਮਣ ਦਾ ਪਿੱਛਾ ਕਰਦਿਆਂ ਦਮੇਲ ਪੁਲ ਨੂੰ ਕਬਜ਼ੇ ਹੇਠ ਲੈ ਕੇ ਸਿੰਧ ਦਰਿਆ ਦਾ ਪੁਲ ਉਡਾ ਦਿੱਤਾ ਜਾਵੇ ਤਾਂ ਫਿਰ ਪਾਕਿਸਤਾਨ ਦੀ ਫੌਜ ਕਸ਼ਮੀਰ 'ਚ ਦਾਖਲ ਹੋਣ ਦੇ ਅਸਮਰੱਥ ਹੋ ਜਾਂਦੀ ਹੈ। ਫਿਰ ਸਮੁੱਚਾ ਕਸ਼ਮੀਰ ਆਪਣੇ ਕਬਜ਼ੇ ਹੇਠ ਹੁੰਦਾ। ਫਿਰ ਨਾ ਸ਼ਕਮਗਾਮ ਘਾਟੀ ਵਾਲਾ ਇਲਾਕਾ ਚੀਨ ਦੇ ਹਵਾਲੇ ਹੁੰਦਾ, ਨਾ ਹੁਣ ਚੀਨ ਦੇ ਵਿੱਚ ਜੋ ਗਲਵਾਨ ਘਾਟੀ ਦਾ ਰੌਲਾ ਪੈਂਦਾ, ਦੇਪਸਾਂਗ ਦਾ, ਦੇਮਚੌਕ ਦਾ ਇਲਾਕਾ ਜੋ ਸਿਆਚਨ ਨੂੰ ਜੋੜ ਕੇ ਪਾਕਿਸਤਾਨ ਨੂੰ ਹੱਲਾ ਸ਼ੇਰੀ ਦੇਣ ਬਾਰੇ ਸੋਚਦਾ, ਉਹ ਉਹਨਾਂ ਦੇ ਅਧੀਨ ਹੁੰਦਾ। ਪਰ ਅਫਸੋਸ ਕਿ ਬ੍ਰਿਗੇਡੀਅਰ ਹਰਬਖਸ਼ ਸਿੰਘ ਦੇ ਉੱਚ ਫੌਜੀ ਅਧਿਕਾਰੀਆਂ ਨੇ ਉਹਨਾਂ ਨੂੰ ਅਜਿਹਾ ਕਰਨ ਦੀ ਆਗਿਆ ਨਾ ਦਿੱਤੀ ਦੁਮੇਲ ਪੁਲ ਉਡਾਉਣ ਦੀ, ਅਤੇ ਇਹ ਜਾਣੀ ਜਾਬ ਹੀ ਮੁੱਕ ਜਾਣਾ ਸੀ ਜਦੋਂ ਉਹਨਾਂ ਦੇ ਸੁਝਾਅ 'ਤੇ ਅਮਲ ਕਰਦੀ ਭਾਰਤੀ ਫੌਜ ਦੇ ਉੱਚ ਅਧਿਕਾਰੀ। ਉਹਨਾਂ ਨੂੰ ਬਹਾਦਰੀ, ਦ੍ਰਿੜਤਾ ਅਤੇ ਕੌਮੀ ਜਜ਼ਬੇ ਵਾਲੀ ਭਾਵਨਾ ਸਦਕਾ ਬਹਾਦਰੀ ਪੁਰਸਕਾਰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। 1962 ਦੀ ਭਾਰਤ ਚੀਨ ਜੰਗ ਸਮੇਂ ਸਰਕਾਰ ਨੂੰ ਫਿਰ ਹਰਬਖਸ਼ ਸਿੰਘ ਦੀ ਯਾਦ ਆਈ। ਜੰਗ ਸਮੇਂ ਤੇਜਪੁਰ ਕੌਰ ਕਮਾਂਡਰ ਲੈਫਟੀਨੈਂਟ ਜਨਰਲ ਕੌਲ ਬਿਮਾਰ ਹੋ ਗਏ ਸਨ, ਤਾਂ ਮੇਜਰ ਜਨਰਲ ਹਰਬਖਸ਼ ਸਿੰਘ ਨੂੰ ਤਰੱਕੀ ਦੇ ਕੇ ਲੈਫਟੀਨੈਂਟ ਜਨਰਲ ਬਣਾ ਕੇ ਜਨਰਲ ਕੌਲ ਦੀ ਜਗ੍ਹਾ ਭੇਜਿਆ ਗਿਆ। ਉਹਨਾਂ 23 ਅਕਤੂਬਰ ਨੂੰ ਚੀਨ ਨਾਲ ਲੱਗਦੇ ਸਰਹੱਦੀ ਇਲਾਕੇ ਦੀ ਪਹਿਲੀ ਪੰਕਤੀ ਤੱਕ ਪਹੁੰਚ ਕੇ ਪਿੱਛੇ ਭੱਜ ਰਹੀ ਭਾਰਤੀ ਫੌਜ ਨੂੰ ਠੱਲ ਪਾਈ। ਆਪਣੇ ਜਾਹੋ ਜਲਾਲ ਨਾਲ ਦੁਸ਼ਮਣ ਚੀਨ ਨੂੰ ਵੰਗਾਰਿਆ ਅਤੇ ਫਿਰ ਉਹਨਾਂ ਸਿੱਕਮ ਪ੍ਰਧਾਨ ਦੀ ਹਿਫਾਜ਼ਤ ਖਾਤਰ ਸਿਲੀਗੁੜੀ ਦੇ ਵਿੱਚ ਨਵੀਂ ਖੜੀ ਕੀਤੀ ਗਈ ਕੋਰ ਦੀ ਕਮਾਂਡ ਕਰਨ ਵਾਸਤੇ ਭੇਜਿਆ ਗਿਆ, ਤਾਂ ਉਹ ਸਿੱਕਮ ਅੰਦਰ ਲੱਗੀ ਨੈਸ਼ਨਲ ਐਮਰਜੈਂਸੀ ਨਾਲ ਨਜਿੱਠ ਸਕਣ। 1960 ਦੇ ਦਹਾਕੇ ਦੇ ਵਿੱਚ ਭਾਰਤੀ ਫੌਜ ਨੂੰ 4 ਵੱਡੇ ਹਿੱਸਿਆਂ 'ਚ ਵੰਡਿਆ ਗਿਆ ਸੀ। ਸਭ ਤੋਂ ਮਹੱਤਵਪੂਰਨ ਹਿੱਸਾ ਪੱਛਮੀ ਕਮਾਂਡ ਮੰਨੀ ਜਾਂਦੀ ਸੀ, ਜਿਸ ਦਾ ਹੈੱਡਕੁਆਟਰ ਸ਼ਿਮਲਾ ਦੇ ਵਿੱਚ ਸੀ। ਇਸ ਲੜਾਈ ਦੇ ਦੌਰਾਨ ਕਮਾਂਡ ਦਾ ਟੈਕਟੀਕਲ ਹੈੱਡਕੁਆਟਰ ਅੰਬਾਲਾ 'ਚ ਬਣਾਇਆ ਗਿਆ। ਟੈਕਨੀਕਲ ਹੈੱਡਕੁਆਟਰ ਕਮਾਂਡ ਦੀ ਓਪਰੇਸ਼ਨਲ ਜ਼ਿੰਮੇਵਾਰੀ ਇਲਾਕੇ ਦੇ ਫਲੋ, ਪੱਛਮੀ ਯੂਪੀ, ਤਿੱਬਤ ਸਰਹੱਦ, ਉੱਤਰਾਖੰਡ, ਲੱਦਾਖ, ਜੰਮੂ ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ ਸਮੇਤ ਰਾਜਸਥਾਨ ਦੇ ਸਰਹੱਦੀ ਇਲਾਕੇ ਤੱਕ ਸੀ। ਜਨਰਲ ਹਰਬਖਸ਼ ਸਿੰਘ ਨੇ ਨਵੰਬਰ 1964 ਨੂੰ ਪੱਛਮੀ ਕਮਾਂਡ ਦੀ ਵਾਗਡੋਰ ਸੰਭਾਲੀ। ਪਾਕਿਸਤਾਨ ਦੇ ਰਾਸ਼ਟਰਪਤੀ ਫੀਲਡ ਮਾਰਸ਼ਲ ਅਯੂਬ ਖਾਨ ਨੇ ਆਪਣੇ ਕਬਜ਼ੇ ਹੇਠਲੇ ਕਸ਼ਮੀਰ ਵਿੱਚ 4 ਗੁਰੀਲਾ ਕੈਂਪ ਬਣਾਏ। ਹਜ਼ਾਰਾਂ ਦੀ ਗਿਣਤੀ ਵਾਲੀ ਫੋਰਸ ਦੇ ਵਿੱਚੋਂ ਤਕਰੀਬਨ 9,000 ਘੁਸਪੈਠੀਆਂ ਨੂੰ ਸਖ਼ਤ ਸਿਖਲਾਈ ਤੋਂ ਬਾਅਦ ਅਗਸਤ ਦੇ ਸ਼ੁਰੂ ਦੇ ਵਿੱਚ ਆਪਰੇਸ਼ਨ ਜ਼ਿਬ ਗਲ ਦੇ ਨਾਂ ਹੇਠ 8 ਟਾਸਕ ਫੋਰਸ ਦੇ ਵਿੱਚ ਵੰਡ ਕੇ 740 ਕਿਲੋਮੀਟਰ ਵਾਲੀ LOC ਪਾਰ ਕਰਵਾ ਕੇ ਜੰਮੂ ਕਸ਼ਮੀਰ ਭੇਜਿਆ ਗਿਆ। ਭਾਰਤ ਵਾਸਤੇ ਇਹ ਪ੍ਰੀਖਿਆ ਦੀ ਘੜੀ ਸੀ, ਅਤੇ ਸਵਾਲ ਪੈਦਾ ਹੁੰਦਾ ਕਿ ਭਾਰਤ ਆਪਣੀ ਵਿਦੇਸ਼ ਨੀਤੀ ਅਨੁਸਾਰ ਦੁਸ਼ਮਣ ਨੂੰ ਆਪਣੇ ਮੁਲਕ ਅੰਦਰ ਹੀ ਨਜਿੱਠੇ ਜਾਂ ਕੋਈ ਠੋਸ ਕਾਰਵਾਈ ਵੀ ਕਰੇ। ਪੱਛਮੀ ਆਰਮੀ ਕਮਾਂਡਰ ਜਨਰਲ ਹਰਬਖਸ਼ ਸਿੰਘ ਨੇ ਆਪਣੇ 1947-48 ਦੇ ਜੰਗੀ ਤਜਰਬੇ ਨੂੰ ਮੁੱਖ ਰੱਖਦਿਆਂ ਇਹ ਪਲੈਨਿੰਗ ਤਾਂ ਨਵੰਬਰ 1964 ਤੋਂ ਹੀ ਸ਼ੁਰੂ ਕਰ ਦਿੱਤੀ ਸੀ ਕਿ ਜੇ ਘੁਸਪੈਠੀਆਂ ਦੇ ਰਸਤੇ ਬੰਦ ਕਰਨੇ ਨੇ ਤਾਂ ਜੰਗਬੰਦੀ ਰੇਖਾ ਦੇ ਪਾਰ ਉਹਨਾਂ ਦੇ ਟ੍ਰੇਨਿੰਗ ਕੈਂਪ,
ਕੰਟਰੋਲ ਹੈੱਡਕੁਆਟਰ ਅਤੇ ਉਸ ਦੀ ਪੂਰਤੀ ਵਾਲੇ ਭੰਡਾਰ ਨਸ਼ਟ ਕਰਨੇ ਪੈਣਗੇ ਤਾਂ ਕਿ ਦੁਸ਼ਮਣ ਨੂੰ ਮਕਬੂਜ਼ਾ ਕਸ਼ਮੀਰ POK ਦੇ ਵਿੱਚ ਹੀ ਚੁਣੌਤੀ ਦਿੱਤੀ ਜਾਵੇ। 19 ਅਗਸਤ 1965 ਨੂੰ ਭਾਰਤ ਦੀ ਰਾਜ ਸਭਾ ਦੇ ਵਿੱਚ ਹੋਈ ਬਹਿਸ ਦੇ ਦੌਰਾਨ ਇਹ ਸਪੱਸ਼ਟ ਹੋ ਗਿਆ ਕਿ ਪਾਕਿਸਤਾਨ ਨੂੰ ਸਖਤੀ ਨਾਲ ਨਜਿੱਠਣ ਦਾ ਸਮਾਂ ਆ ਗਿਆ। ਫਿਰ ਜਦੋਂ ਸ਼ਕਤੀਸ਼ਾਲੀ ਧਾੜਵੀ ਗਰੁੱਪ ਸ਼੍ਰੀਨਗਰ ਦੇ ਇਰਦ ਗਿਰਦ ਪੁੱਜ ਗਿਆ ਤਾਂ ਕੇਂਦਰੀ ਕਸ਼ਮੀਰ ਵਿੱਚ ਮਾਰਸ਼ਲ ਲਾਅ ਲਾਉਣ ਦੀ ਮੰਗ ਕੀਤੀ ਗਈ, ਪਰ ਜਨਰਲ ਹਰਬਖਸ਼ ਸਿੰਘ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਅਜਿਹਾ ਕਰਨ ਨਾਲ ਪਾਕਿਸਤਾਨੀ ਵਿਚਾਰਧਾਰਾ ਦੀ ਪੁਸ਼ਟੀ ਹੋ ਜਾਵੇਗੀ ਅਤੇ ਫਿਰ ਜੰਗ ਕੌਣ ਲੜੂ। ਫੌਜ ਨੇ ਫਿਰ ਹਾਜੀ ਪੀਰ ਬਲਸ ਤੇਥਵਾਲ ਸੈਕਟਰ ਵਾਲੀਆਂ ਤਿੱਖੀਆਂ ਚੋਟੀਆਂ ਦੇ ਇਰਦ ਗਿਰਦ ਪਰਬਤੀ ਸ਼੍ਰੇਣੀਆਂ ਫਤਿਹ ਕਰਕੇ ਦੇਸ਼ ਦੀ ਵੰਡ ਤੋਂ ਪਹਿਲਾਂ ਵਾਲੀ ਪੁਣਛ ਕੂਟਾ ਉੜੀ ਸੜਕ 4 ਸਤੰਬਰ ਤੋਂ ਚਾਲੂ ਕਰਕੇ ਮਕਬੂਜ਼ਾ ਕਸ਼ਮੀਰ ਦੇ ਤਕਰੀਬਨ 15,000 ਆਬਾਦੀ ਵਾਲੇ ਖਿੰਡਰੇ ਪੁੰਡਰੇ ਪਿੰਡਾਂ ਨੂੰ ਸਰਕਾਰ ਦੁਆਲੇ ਕਰ ਦਿੱਤਾ। ਉੱਥੇ ਤਿਰੰਗੇ ਝੰਡੇ ਲਹਿਰਾਉਣ ਲੱਗ ਪਏ। ਕਾਸ਼ ਇਹ ਜਿੱਤਿਆ ਇਲਾਕਾ ਵਾਪਸ ਨਾ ਹੁੰਦਾ। ਦੂਜੇ ਪਾਸੇ ਪੰਜਾਬ ਦੇ ਵਿੱਚ ਹਾਲਾਤ ਇੰਨੇ ਡਾਵਾਂਡੋਲ ਸਨ ਕਿ ਪਾਕਿਸਤਾਨ ਦੀ ਰਣਨੀਤੀ ਹਰੀ ਕੇ ਪੁਲ 'ਤੇ ਕਬਜ਼ਾ ਕਰਕੇ ਸ਼ਹਿਰਾਂ ਨੂੰ ਬਾਈਪਾਸ ਕਰਕੇ ਲਾਲ ਕਿਲੇ ਤੱਕ ਪਹੁੰਚਣ ਅਤੇ ਕਸ਼ਮੀਰ ਨਾਲੋਂ ਸੰਪਰਕ ਤੋੜਨ ਦੀ ਸੀ ਪਾਕਿਸਤਾਨ ਦੀ ਰਣਨੀਤੀ। ਜਾਣੀ ਹਰੀ ਕੇ ਪੁਲ 'ਤੇ ਕਬਜ਼ਾ ਕਰਕੇ ਦਰਮਰਸਰ ਤੋਂ ਲੈ ਕੇ ਕਸ਼ਮੀਰ ਤੱਕ ਇਹ ਸੰਪਰਕ ਉਹਨਾਂ ਨੇ ਬਣਾਉਣਾ ਸੀ ਅਤੇ ਆਰਮੀ ਕਮਾਂਡਰ ਨੇ ਪ੍ਰਧਾਨ ਮੰਤਰੀ ਦੀ ਪ੍ਰਵਾਨਗੀ ਨਾਲ ਕੌਮਾਂਤਰੀ ਸਰਹੱਦ ਪਾਰ ਕਰਕੇ ਇਸ਼ੋਗਲ ਨਹਿਰ ਜੋ ਪਾਕਿਸਤਾਨ ਦੇ ਕਸ਼ਮੀਰ ਦੇ ਇਲਾਕੇ 'ਚ ਪੈਂਦਾ ਉਸ ਦੌਰਾਨ ਹੋਰ ਇਲਾਕੇ ਕਬਜ਼ੇ ਹੇਠ ਕਰ ਲਏ। ਜਦੋਂ ਖੇਮਕਰਨ ਸੈਕਟਰ ਦੇ ਵਿੱਚ ਪਾਕਿਸਤਾਨ ਦੇ ਪੈਟਰਨ ਟੈਂਕ ਅਤੇ ਫੌਜ ਅੱਗੇ ਵੱਧਦੇ ਗਏ ਤਾਂ ਸੈਨਾ ਮੁਖੀ ਚੌਧਰੀ ਜਨਰਲ ਚੌਧਰੀ ਨੇ ਪੰਜਾਬ ਫੌਜਾਂ ਬਿਆਸ ਦਰਿਆ ਦੇ ਪਿੱਛੇ ਲਿਆ ਕੇ ਲੜਨ ਵਾਸਤੇ ਆਖਿਆ, ਪਰ ਅਣਖੀ ਸੂਰਮੇ ਜਨਰਲ ਹਰਬਖਸ਼ ਸਿੰਘ ਨੇ ਆਖਿਆ ਕਿ ਅਸੀਂ ਅੰਮ੍ਰਿਤਸਰ ਤਰਨ ਤਾਰਨ ਦੀ ਪਵਿੱਤਰ ਧਰਤੀ ਦੀ ਰਾਖੀ ਲਈ ਦਿਲੋ ਜਾਨ ਨਾਲ ਲੜਦੇ ਰਹਾਂਗੇ, ਜਾਣੀ ਪਿੱਛੇ ਨਹੀਂ ਹਟਾਂਗੇ। ਹਾਲਾਂਕਿ ਸੈਨਾ ਦੇ ਮੁਖੀ ਜਨਰਲ ਚੌਧਰੀ ਨੇ ਫੌਜਾਂ ਬਿਆਸ ਦਰਿਆ ਦੇ ਪਿੱਛੇ ਲਿਆ ਕੇ ਲੜਨ ਵਾਸਤੇ ਕਿਹਾ ਸੀ, ਪਰ ਇਸ ਹੁਕਮ ਦੀ ਉਲੰਘਣਾ ਕਰ ਦਿੱਤੀ ਕਿ ਨਹੀਂ, ਅਸੀਂ ਅੰਮ੍ਰਿਤਸਰ ਅਤੇ ਤਰਨ ਤਾਰਨ ਦੀ ਪਵਿੱਤਰ ਧਰਤੀ ਦੀ ਰਾਖੀ ਕਰਾਂਗੇ ਅਤੇ ਦੁਸ਼ਮਣ ਦੇ ਹੱਥ ਇਸ ਨੂੰ ਨਹੀਂ ਜਾਣ ਦੇਵਾਂਗੇ ਜਿਵੇਂ ਪਾਕਿਸਤਾਨ ਵੱਧ ਰਿਹਾ ਸੀ। ਆਖਿਰ ਇੰਝ ਹੋਇਆ, ਬੜਾ ਭਿਆਨਕ ਯੁੱਧ ਹੋਇਆ। ਅਸਲ ਉਤਾੜ ਦੇ ਵਿੱਚ ਪੈਟਰਨ ਟੈਂਕਾਂ ਦਾ ਕਬਰਸਤਾਨ ਹੋ ਨਿਬੜਿਆ, ਕਿਉਂਕਿ ਅਸਲ ਉਤਾੜ ਦਾ ਇਲਾਕਾ ਜੇ ਤੁਸੀਂ ਵੇਖਦੇ ਹੋ ਉੱਥੇ ਜੋ ਪੈਟਰਨ ਟੈਂਕਾਂ ਦੀ ਜੋ ਸਥਿਤੀ ਸੀ ਉਹ ਅੱਜ ਵੀ ਉੱਥੇ ਯਾਦ ਬਣੀ ਹੋਈ ਹੈ। ਅਤੇ ਰੱਖਿਆ ਮੰਤਰੀ ਵਾਈ ਚੌਹਾਨ ਦੇ ਨਾਲ ਮੀਟਿੰਗ ਦੇ ਦੌਰਾਨ ਜਨਰਲ ਹਰਬਖਸ਼ ਸਿੰਘ ਨੇ ਆਖਿਆ ਕਿ ਸਰਕਾਰ ਨੇ ਉਹਨਾਂ ਨੂੰ ਸੈਨਾ ਮੁਖੀ ਬਣਾਉਣ ਦਾ ਫੈਸਲਾ ਕੀਤਾ। ਥੋੜ੍ਹੀ ਦੇਰ ਬਾਅਦ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਤਾਸ਼ਕੰਦ ਦੇ ਵਿੱਚ ਇਸ ਦੁਨੀਆ ਤੋਂ ਚਲੇ ਗਏ, ਮੌਤ ਹੋ ਗਈ। ਅਫਸੋਸ ਕਿ ਜਿਸ ਸੂਰਮੇ ਨੇ ਮੁਲਕ ਦੀ ਆਣ ਸ਼ਾਨ ਨੂੰ ਚਾਰ ਚੰਨ ਲਾਏ, ਸਰਕਾਰ ਉਹਨਾਂ ਨਾਲ ਕੀਤੇ ਵਾਅਦੇ ਤੋਂ ਮੁੱਕਰੀ। ਇਸ ਮਹਾਨ ਨਧੜਕ ਜਰਨੈਲ ਦੀ ਲਗਨ, ਬਹਾਦਰੀ ਅਤੇ ਨਿਡਰਤਾ ਨਾਲ ਕੀਤੀ ਦੇਸ਼, ਫੌਜ ਅਤੇ ਸਮਾਜ ਦੀ ਸੇਵਾ ਨੂੰ ਹਰਗਿਜ਼ ਭੁਲਾਇਆ ਨਹੀਂ ਜਾ ਸਕਦਾ। ਕਿੰਨਾ ਚੰਗਾ ਹੋਵੇ ਜੇ ਰਾਜਸੀ ਨੇਤਾ ਪਾਰਟੀ ਸਿਆਸਤ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਭਾਰਤ ਦੇ ਸਰਵਸ਼੍ਰੇਸ਼ਟ ਅਵਾਰਡ ਭਾਰਤ ਰਤਨ ਨਾਲ ਨਵਾਜਣ ਦੇ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਇਸ ਗੱਲ ਨੂੰ ਅੱਗੇ ਵਧਾਉਣ। ਇਹ ਲਿਖਦੇ ਨੇ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਸਾਹਿਬ, ਜਿਨ੍ਹਾਂ ਦਾ ਨੰਬਰ ਹੈ 98142-45-151 9814-2-45-151। ਜਿਸ ਤਰ੍ਹਾਂ ਜਨਰਲ ਹਰਬਖਸ਼ ਸਿੰਘ ਨੇ ਦੋਸਤੋ ਆਪਣੇ ਸੀਨੀਅਰ ਦੀ ਉਸ ਗੱਲ ਨੂੰ ਨਕਾਰਿਆ ਕਿ ਬਿਆਸ ਦਰਿਆ ਦੇ ਪਿੱਛੇ ਲਿਆ ਕੇ, ਜਿਵੇਂ ਜਨਰਲ ਚੌਧਰੀ ਨੇ ਆਖਿਆ ਕਿ ਆਪਣੀਆਂ ਫੌਜਾਂ ਬਿਆਸ ਦਰਿਆ 'ਤੇ ਲਿਆ ਕੇ ਤੁਸੀਂ ਲੜਾਈ ਲੜੋ, ਤਾਂ ਜਨਰਲ ਹਰਬਖਸ਼ ਸਿੰਘ ਨੇ ਉਹ ਗੱਲ ਨਕਾਰੀ ਕਿ ਇਸ ਦੌਰਾਨ ਇਹ ਚੀਜ਼ ਸਾਡੇ ਖਿੱਤੇ ਦੇ ਲਈ ਖਤਰਨਾਕ ਹੋ ਜਾਵੇਗੀ। ਅਤੇ
ਇਸ ਸਿਲਸਿਲੇ ਵਿੱਚ ਗੱਲ ਇਹ ਹੈ ਕਿ ਜਿਸ ਤਰ੍ਹਾਂ ਲਾਲ ਬਹਾਦਰ ਸ਼ਾਸਤਰੀ ਜੀ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਆਰਮੀ ਦਾ ਜਰਨਲ ਬਣਾਉਣ ਦੀ ਜੋ ਗੱਲ ਸ਼ੁਰੂ ਹੋਈ ਸੀ ਉਹ ਅੱਧ ਵਿਚਕਾਰ ਰਹਿ ਗਈ ਅਤੇ ਕਿਤੇ ਨਾ ਕਿਤੇ ਇਸ ਗੱਲ ਦਾ ਸਿੱਖਾਂ ਦੇ ਵਿੱਚ ਇਹ ਗੱਲ ਸੁਭਾਇਕੀ ਵੀ ਜਾਂਦੀ ਹੈ ਕਿ ਉਹਨਾਂ ਨੂੰ ਨਕਾਰਿਆ ਜਾਂਦਾ ਹੈ ਨਾ ਅਤੇ ਕਿਤੇ ਨਾ ਕਿਤੇ ਨਾਰਾਜ਼ਗੀ ਵੀ ਬਣਦੀ ਹੈ ਉੱਥੇ ਵਿਅਕਤੀ ਦਾ ਧਰਮ ਉਸਦਾ ਸ਼ਨਾਖਤ ਉਸਦਾ ਪੰਜਾਬੀ ਬੰਗਾਲੀ ਉਸਦਾ ਹਿੰਦੂ ਜਾਂ ਸਿੱਖ ਜਾਂ ਮੁਸਲਮਾਨ ਹੋਣਾ ਇਹ ਸਾਡੇ ਮਜ਼ਹਬੀ ਸਿਆਸਤ ਦਾ ਮਾੜਾ ਗੁਣ ਹੈ ਸੋ ਜਿਸ ਕਰਕੇ ਕਿਤੇ ਨਾ ਕਿਤੇ ਉਹ ਮਜ਼ਹਬ ਦਾ ਇਹ ਚੀਜ਼ ਭਾਰੋਂ ਪੈਣੀ ਅਤੇ ਫਿਰ ਉਹ ਨਾਰਾਜ਼ਗੀ ਦਾ ਕਾਰਨ ਵੀ ਬਣਦੀ ਹੈ ਅਤੇ ਜਿਸ ਦੌਰਾਨ ਫਿਰ ਇਹ ਵਰਤਾਰਾ ਅੱਗੇ ਮੁਲਕ ਦੀ ਤਰੱਕੀ ਦੇ ਵਿੱਚ ਵੀ ਅੜਿੱਕਾ ਬਣਦਾ ਅਤੇ ਜਿਸ ਦੇ ਕਾਰਨ ਕਿਸੇ ਕੌਮ ਦੇ ਵਿੱਚ ਇਹ ਗੱਲ ਫੈਲਾ ਦਿੱਤੀ ਜਾਂਦੀ ਹੈ ਜਾਂ ਕੁਦਰਤੀ ਫੈਲ ਵੀ ਜਾਂਦੀ ਹੈ ਕਿ ਉਹਨਾਂ ਦੇ ਨਾਲ ਦੂਜੇ ਦਰਜੇ ਦੇ ਜਾਂ ਤੀਜੇ ਦਰਜੇ ਦੇ ਸ਼ਹਿਰੀ ਵਾਲਾ ਸਲੂਕ ਕੀਤਾ ਜਾਂਦਾ ਇਹ ਗੱਲਾਂ ਤੁਸੀਂ ਵੇਖੋ ਕਿ ਰਾਹੁਲ ਗਾਂਧੀ ਨੇ ਵੀ ਆਪਣੀ ਅਮਰੀਕਾ ਫੇਰੀ ਦੇ ਦੌਰਾਨ ਆਖਿਆ ਜਿਸ ਨੂੰ ਲੈ ਕੇ ਸੱਤਾਧਾਰੀ BJP ਜਾਂ ਕੁਛ BJP ਪ੍ਰਸਤ ਸਿੱਖ ਆਗੂ ਸੀ ਜਿਹੜੇ ਉਹ ਤਿਲ ਮਿਲਾਏ ਕਿ ਸਿੱਖਾਂ ਦੇ ਵਕਾਰ ਨੂੰ ਘਟਾ ਕੇ ਪੇਸ਼ ਕੀਤਾ ਜਾ ਰਿਹਾ ਪਰ ਜਦੋਂ ਕਿਸੇ ਬੰਦੇ ਦੀ ਧਰਮ ਜਾਤ ਜਾਂ ਸ਼ਖਸੀਅਤ ਦੀ ਬਿਨਾਹ 'ਤੇ ਉਸਨੂੰ ਇਗਨੋਰ ਕੀਤਾ ਜਾਂਦਾ ਜਾਂ ਉਸਨੂੰ ਹਾਈਲਾਈਟ ਕੀਤਾ ਜਾਂਦਾ ਤਾਂ ਇਹ ਗੱਲਾਂ ਕੁਦਰਤੀ ਨੇ ਸੋ ਜਿਸ ਕਰਕੇ ਇਸ ਸਾਰੇ ਵਰਤਾਰੇ ਦੇ ਵਿੱਚ ਕਿਤੇ ਨਾ ਕਿਤੇ ਮੈਂ ਅਕਸਰ ਤਾਂ ਹੀ ਕਹਿਣਾ ਹੁੰਦਾ ਕਿ ਸਾਡੀ ਜਰਨਲਿਜ਼ਮ ਸਾਡੀ ਜੁਡੀਸ਼ਰੀ 'ਤੇ ਤਾਂ ਧਰਮ ਜਾਤ ਹਰ ਇੱਕ ਭਾਰੂ ਨਹੀਂ ਹੋਣੀ ਚਾਹੀਦੀ ਬੰਦੇ ਦੀ ਕਿਰਤ ਵੇਖਣੀ ਚਾਹੀਦੀ ਹੈ ਬੰਦੇ ਦਾ ਕਰਮ ਉਹ ਕੀ ਕਰ ਰਿਹਾ ਉਹ ਵੇਖਣਾ ਚਾਹੀਦਾ ਬੰਦੇ ਦੀ ਕਾਰਗੁਜ਼ਾਰੀ ਵੇਖਣੀ ਚਾਹੀਦੀ ਹੈ ਸੋ ਸਲੂਟ ਹੈ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਜਿਸ ਤਰ੍ਹਾਂ ਧੜੱਲੇ ਨਾਲ ਲਿਖਿਆ ਜਰਨਲ ਹਰਬਖਸ਼ ਸਿੰਘ ਜੀ ਬਾਰੇ ਜਿਹੜੇ ਮਹਾਨ ਜਰਨੈਲ ਸਨ ਜਿਨ੍ਹਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ ਸੋ ਜ਼ਰੂਰ ਇਸ ਤਰ੍ਹਾਂ ਦੇ ਜਿਹੜੇ ਮਹਾਨ ਜਰਨੈਲ ਨੇ ਉਹਨਾਂ ਦੇ ਬਾਰੇ ਜੋ ਲਿਖੇ ਹੋਏ ਸਬਕ ਨੇ ਉਹ ਸਾਡੇ ਸਿਲੇਬਸ ਦੇ ਵਿੱਚ ਹੋਣ ਸਾਡੇ ਬੱਚਿਆਂ ਨੂੰ ਜੋ ਅਸੀਂ ਪੜ੍ਹਾਉਂਦੇ ਹਾਂ ਜੋ ਸਿਖਾਉਂਦੇ ਹਾਂ ਉਸ ਦੇ ਵਿੱਚ ਇਹ ਗੱਲਾਂ ਸਾਨੂੰ ਵੀ ਪਤਾ ਹੋਣੀਆਂ ਚਾਹੁਣ ਜੋ ਅਸੀਂ ਸਿੱਖਾਂ ਦੀ ਬਹਾਦਰੀ ਦੀਆਂ ਗੱਲਾਂ ਕਰਦੇ ਹਾਂ ਇੱਕ ਪਾਸੇ ਜਿੱਥੇ ਕੁਝ ਲੋਕ ਸਿੱਖਾਂ ਦੇ ਕਥਿਤ ਤੌਰ 'ਤੇ ਗਦਾਰ ਹੋਣ ਦੀਆਂ ਗੱਲਾਂ ਕਰਦੇ ਨੇ ਅਤੇ ਦੂਸਰੇ ਪਾਸੇ ਸਿੱਖ ਸਰਦਾਰੀ ਹੈ ਜਿਹੜੀ ਜਾਂ ਪੰਜਾਬ ਦੀ ਸਰਦਾਰੀ ਹੈ ਉਹ ਇਸ ਪਾਸੇ ਵੀ ਸੁਨੇਹਾ ਦਿੰਦੀ ਹੈ ਕਿ ਅਸੀਂ ਕਿਸ ਮਿੱਟੀ 'ਤੇ ਜਾ ਆਏ ਹਾਂ ਸੋ ਇਸ ਬਾਰੇ ਬ੍ਰਿਗੇਡੀਅਰ ਕੁਲਦੀਪ ਸਿੰਘ ਕੱਲ੍ਹ ਹੋਰਾਂ ਨੇ ਬੜੀ ਤਫਸੀਰ ਨਾਲ ਇਹ ਲਿਖਿਆ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਅੱਗੇ ਸ਼ੇਅਰ ਅਤੇ ਸਾਂਝਾ ਜ਼ਰੂਰ ਕਰਿਓ ਇਹ ਗੁਜ਼ਾਰਿਸ਼ ਬੇਨਤੀ ਹੈ ਅਤੇ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਅਤੇ ਸ਼ਾਮੀ 7:30 ਤੋਂ 9:30 ਲਾਈਵ ਸੁਣ ਦਿਓ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਅਤੇ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਮੰਗਵਾਉਣ ਵਾਸਤੇ 9876630955 ਆਪਣਾ ਵਟਸਐਪ ਗਰੁੱਪ ਨੰਬਰ ਹੈ ਜ਼ਰੂਰ ਯਾਦ ਰੱਖੋ ਅਤੇ ਇਸੇ ਨੰਬਰ 'ਤੇ ਸੰਪਰਕ ਤੁਸੀਂ ਕਰੋ ਅੱਜ ਆਪਾਂ ਰਣਜੀਤ ਸਿੰਘ ਕੁੱਕੀਗਿੱਲ ਹੋਰਾਂ ਨਾਲ ਇੰਟਰਵਿਊ ਕਰਨੀ ਹੈ ਇੱਕ ਦੋ ਹੋਰ ਇੰਟਰਵਿਊਜ਼ ਕਰਨੀਆਂ ਨੇ ਬਲਾਜ ਸਿੰਘ ਸੰਧੂ ਅੰਕਲ ਲਿਖਦੇ ਨੇ ਕਿ ਜਰਨਲ ਸਾਹਿਬ ਦੀ ਬਹਾਦਰੀ ਨੂੰ ਅਤੇ ਸਿੱਖ ਕੌਮ ਨੂੰ ਹਮੇਸ਼ਾ ਮਾਣ ਹੈ ਬਿਲਕੁਲ ਕਿਉਂਕਿ ਬਲਾਜ ਸਿੰਘ ਸੰਧੂ ਹੋਰਾਂ ਦੇ ਵੱਢ ਕੇ ਵੀ ਮੈਂ ਤਸਵੀਰ ਵੇਖ ਰਿਹਾ ਨਾਇਕ ਲਾਲ ਸਿੰਘ ਸਾਰਾਗੜੀ ਦੇ ਸਾਕੇ ਦੇ ਸੈਕਿੰਡ ਰੈਂਕ 'ਤੇ ਸੀਗੇ ਉਦੋਂ ਈਸ਼ਰ ਸਿੰਘ ਜੀ ਤੋਂ ਬਾਅਦ
ਅਤੇ ਉਹਨਾਂ ਦਾ ਵੀ ਧੁਨ ਢਾਏ ਦੇ ਵਿੱਚ ਇਹ ਦਿਹਾੜਾ ਮਨਾਉਂਦੇ ਨੇ, ਸਤੰਬਰ ਨੂੰ ਹੁੰਦਾ ਜੋ 12 ਨੂੰ, ਅਤੇ ਇਸ ਵਾਰੀ ਵੀ ਮਨਾਇਆ ਗਿਆ। ਅਤੇ ਜਿਸ ਸਿਲਸਿਲੇ ਦੇ ਵਿੱਚ ਉਹ ਸਾਡੇ ਜਿਹੜੇ ਕਿੱਸੇ ਕਹਾਣੀਆਂ ਨੇ ਨਾ, ਉਹਨਾਂ ਤੋਂ ਸਾਡੇ 'ਚ ਜੁਰਤ ਪੈਦਾ ਹੁੰਦੀ ਹੈ ਕਿ ਉਹ ਕਿੱਸੇ ਕਹਾਣੀਆਂ ਦੀ ਜਦੋਂ ਅਸੀਂ ਬਹਾਦਰੀ ਵੇਖਦੇ ਹਾਂ ਤਾਂ ਸਾਡੇ ਮਨਾਂ 'ਚ ਜਿਹੜੇ ਡਰ ਨੇ ਉਹ ਦੂਰ ਹੁੰਦੇ ਨੇ, ਜਿਹੜੇ ਸਾਡੇ ਮਨਾਂ 'ਚ ਤੌਖਲੇ ਹੁੰਦੇ ਨੇ ਉਹਨਾਂ ਦੀ ਜਿਹੜੀ ਹੈ ਫਿਰ ਸਾਨੂੰ ਕਿਤੇ ਨਾ ਕਿਤੇ ਸਮਝ ਆ ਜਾਂਦੀ ਹੈ ਕਿ ਯਾਰ ਜ਼ਿੰਦਗੀ ਕੀ ਹੈ। ਇਹ ਕੁਦਰਤੀ ਹੈ, ਜੇ ਤੁਸੀਂ ਜਿਹੜੇ ਹੋਰਰ ਡਰਾਉਣੇ ਸੀਰੀਅਲ ਵੇਖੋਗੇ ਰਾਤ ਨੂੰ ਵੀ ਡਰ ਡਰ ਉੱਠੋਗੇ, ਹੈ ਨਾ, ਅੰਧ ਵਿਸ਼ਵਾਸੀ ਚੀਜ਼ਾਂ ਵੇਖੋਗੇ ਅੰਧ ਵਿਸ਼ਵਾਸੀ ਹੋ ਜਾਓਗੇ, ਤਰਕ ਵਾਲੀਆਂ ਚੀਜ਼ਾਂ ਦਲੇਰੀ ਵਾਲੀਆਂ ਚੀਜ਼ਾਂ ਵੇਖੋਗੇ ਕਿ ਦਲੇਰ ਹੋ ਜਾਓਗੇ। ਸੋ ਮਾਂ ਦੀ ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ। ਸੋ ਇਸ ਕਰਕੇ ਇਹ ਹੱਲਾ ਸ਼ੇਰੀਆਂ ਨੇ ਜਿਹੜੀਆਂ ਸਾਨੂੰ ਇਸ ਤਰ੍ਹਾਂ ਦੇ ਮਹਾਨ ਜਰਨੈਲਾਂ ਦੇ ਕਿੱਸਿਆਂ ਤੋਂ ਮਿਲਦੀਆਂ ਨੇ। ਸੋ ਇਹ ਸੀ ਗਾਥਾ ਜਰਨਲ ਹਰਬਖਸ਼ ਸਿੰਘ ਹੋਰਾਂ ਦੀ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ ਅਤੇ ਜਿਨ੍ਹਾਂ ਨੂੰ ਅੱਜ ਯਾਦ ਕੀਤਾ ਜਾਂਦਾ ਹੈ। ਸੋ ਇਸ ਕਰਕੇ ਇਹ ਮਹਾਨ ਜਰਨੈਲ ਜੋ 1 ਅਕਤੂਬਰ 1913 ਨੂੰ ਪੈਦਾ ਹੋਏ ਅਤੇ 14 ਨਵੰਬਰ 1999 ਨੂੰ ਇਸ ਦੁਨੀਆ ਤੋਂ ਰੁਖਸਤ ਹੋਏ, ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ, ਜਨਰਲ ਸਾਹਿਬ, ਲੈਫਟੈਨ ਬਡਰੁੱਖਾਂ ਜੋ ਉਸ ਵਕਤ ਜੀਂਦ ਸਟੇਟ ਸੀ, ਅਤੇ ਇਹ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਹੈ ਜਦੋਂ ਤੁਸੀਂ ਸੰਗਰੂਰ ਤੋਂ ਜਾਂਦੇ ਹੋ, ਅਤੇ ਉੱਥੇ ਮੈਂ ਤਾਂ ਖੈਰ ਅਕਸਰ ਜਾਂਦਾ ਰਹਿੰਦਾ ਪਰ ਮੈਨੂੰ ਜਨਰਲ ਹਰਬਖਸ਼ ਸਿੰਘ ਬਾਰੇ ਉਹਨਾਂ ਦੇ ਪਿੰਡ 'ਚ ਕੋਈ ਬਹੁਤੀ ਜਗ੍ਹਾ ਨਹੀਂ ਦਿਸੀ, ਮਹਾਰਾਜਾ ਰਣਜੀਤ ਸਿੰਘ ਦਾ ਜ਼ਰੂਰ ਬੁੱਤ ਵਗੈਰਾ ਲੱਗਿਆ। ਸੋ ਇਹ ਮਹਾਨ ਜਰਨੈਲ ਸੀ ਜਿਹੜੇ ਬਡਰੁੱਖਾਂ ਦੇ ਵਿੱਚ ਪੈਦਾ ਹੋਏ ਸਨ। ਸੋ ਇਹ ਸੀ ਜਨਰਲ ਹਰਬਖਸ਼ ਸਿੰਘ ਬਾਰੇ ਇੱਕ ਵਿਸ਼ੇਸ਼ ਰਿਪੋਰਟ, ਲਿਖਤਮ ਸਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਸਾਹਿਬ।